जलंधर दे कस्बा फिलौर तो खबर सामने आ रही है कि केंद्र सरकार ने हरदीप सिंह निज्जर की जायदाद जब्त कर ली है। दरअसल केंद्र सरकार ने अतवादी गतिविधियां विच शामिल या अतवादियों नाल जुड़े हुए लोगों की जायदाद जब्त करने का फैसला लिया है, जिस करके हरदीप सिंह की सारी जायदाद जब्त कर ली गई है। तुहानू दस दईए कि सिख ऑफ जस्टिस के डायरैक्टर गुरपतवंत सिंह पन्नू नाल अपनी सांझ होने के खुलासे तो बाद केंद्र ने NIA की सिफारिश से हरदीप सिंह निज्जर की जायदाद जब्त करने का फैसला किया। जब साड़ी टीम पिंड भार्गव सिंहपुरा पहुंची तो हरदीप सिंह के घर में ताला लगा हुआ सी। दसिया जा रहा है कि हरदीप सिंह निज्जर इस समय कनेडा के सरी में रह रहा है। जिदा हुण देखिया वे इहनू इह बाहर जिदा कहिंदे आ वी उहदे नाल सांझ आ वे टैलीविजन विच वी आउंदा वे हाँ भाई इह ਉਹ ਖਾਲਿਸਤਾਨੀ ਆ ਖਾਲਿਸਤਾਨੀ ਮੰਗਦੇ ਆ ਤੇ ਇਸ ਕਰਕੇ ਵੀ ਆਰੋਪ ਇਹਨਾਂ ਦੇ ਹੁਣ ਉੱਥੇ ਤਾਂ ਸਹੀ ਆ। ਕਿੰਨੀ ਤੋਂ ਕਾਰੋਬਾਰ ਕੀ ਸੀਗਾ? ਕਾਰੋਬਾਰ ਇਹਨਾਂ ਦਾ ਪਹਿਲਾਂ ਖੇਤੀ ਕਰਦੇ ਸੀ, ਫਿਰ ਇਹ ਦੁੱਧ ਦਾ ਕੰਮ ਕਰਦੇ। ਹਾਂ, ਦੁੱਧ ਦਾ ਕੰਮ ਕਰਦੇ ਸੀਗੇ। ਤੇ ਕਿੰਨੀ ਦੇਰ ਤੋਂ ਘਰ ਲੋਕ ਲੱਗਿਆ ਇਹਨਾਂ ਦੇ? ਇਹਨਾਂ ਦੇ ਹੁਣ ਇਹ ਕਰੋਨਾ ਤੋਂ ਪਹਿਲਾਂ 20 ਦਿਨ ਪਹਿਲਾਂ ਗਏ ਆ। ਹਾਂ, ਨਹੀਂ ਉਹਨਾਂ ਫਿਰ 20 ਦਿਨ ਪਹਿਲਾਂ ਗਏ ਆ ਇੱਥੋਂ। ਹਰਦੀਪ ਕਿਦੋਂ ਗਿਆ ਸੀਗਾ? ਹਰਦੀਪ ਗਿਆ ਹੋਗਾ 1945 ਦੇ ਵਿੱਚ। ਠੀਕ ਹੈ। ਹਾਂ, ਨਹੀਂ ਉਹ ਕੱਲਾ ਖਾਲਿਸਤਾਨੀ ਸੀ ਜਾਂ ਕੁਝ ਹੋਰ ਵੀ ਕਰਦੇ ਸੀਗੇ? ਜਿੱਦਾਂ ਬਸ ਜਿੱਦਾਂ ਇੱਥੇ ਕੋਈ ਹੁਣ ਤੁਹਾਨੂੰ ਕੀ ਦੱਸੀਏ ਕੋਈ ਬਾਹਰ ਲਾਏ ਆ ਕਾਰੋਬਾਰ ਪਿੱਛੇ ਆਇਆ ਸੀਗਾ ਕਿ ਬੈਂਕ 'ਚ ਉਹਨਾਂ ਨੇ ਡਕੈਤੀ ਕੀਤੀ ਸੀ ਕਿ? ਹਾਂ, ਪਹਿਲਾਂ ਤਾਂ ਜਿੱਦਾਂ ਸੀਗੇ ਕੋਈ ਇਹਦੇ ਖਿਲਾਫ਼ ਕੋਈ ਕਹਿੰਦਾ ਹੀ ਨਹੀਂ ਸੀ ਵੀ ਕੀ ਗੱਲ ਆ। ਮਤਲਬ ਸਾਰੇ ਲੋਕ ਡਰਦੇ ਸੀਗੇ? ਡਰਦੇ ਸੀ ਵੀ ਹਾਂ ਵੀ ਅਸੀਂ ਕਾਹਨੂੰ ਕਹਿਣਾ। ਪਹਿਲਾਂ ਦੁੱਧ ਦਾ ਕੰਮ ਕਰਦੇ ਸੀ ਇਹ ਪਿੰਡ ਦੇ ਵਿੱਚ। ਪਿੰਡ ਦੇ ਵਿੱਚ ਯਾਨੀ ਕਿ ਬਾਲਾ ਠੀਕ ਨੀ ਦੇਖਿਆ ਕਿ ਜਿੱਦਾਂ ਜੋ ਪਿੰਡ ਦਾ ਮਾਹੌਲ ਹੈ ਸਾਰੇ ਡਰ ਰਹੇ ਨੇ। ਸਾਰੇ ਡਰਦੇ ਸੀ ਉਸ ਟਾਈਮ। ਅੱਛਾ ਜੀ, ਵੀ ਕੋਈ ਇਹਨਾਂ ਦੇ ਬਰਖਲਾਫ ਕਿਸੇ ਨੇ ਕਿਹਾ ਹੀ ਨੀ। ਕਿੰਨੀ ਕੁ ਪ੍ਰਾਪਰਟੀ ਸਰ ਇਹਨਾਂ ਦੀ ਪਿੰਡ ਦੇ ਵਿੱਚ? 5-6 ਖੇਤ ਦੇ ਕਰੀਬ ਹੈਗੇ ਆ। ਇਹ ਪਹਿਲਾਂ ਤੋਂ ਹੀ ਇਹਨਾਂ ਦੇ ਕੋਲ ਜ਼ਮੀਨ ਸੀ ਜਾਂ ਹੁਣ ਇਹਨੇ ਦੁਬਾਰਾ ਲਈ ਆ? ਜਿਹੜੀ ਇਹਨਾਂ ਕੋਲ ਪਹਿਲਾਂ ਤੋਂ ਕੁਛ ਸੀਗੀ 1-2 ਖੇਤ ਹੋਰ ਲੈ ਲਏ ਆ। 2 ਖੇਤ